ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ। ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕੋਨ ਦੇ ਬਟਨ ਕਰੋ ਕਿ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੱਕ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬੜੀ ਖੂਬਸੂਰਤ ਝੋਟੀ ਦੀ ਵੀਡੀਓ ਲੈ ਕੇ ਆਏ ਹਾਂ। ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਇਹਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਅਤੇ ਆਪਦੇ ਕਮੈਂਟਸ ਦਾ ਵੀ ਇਜ਼ਹਾਰ ਕਰਨਾ। ਅਤੇ ਕੈਮਰਾਮੈਨ ਤੁਹਾਨੂੰ ਜਿਹੜਾ ਝੋਟੀ ਵਿਖਾਉਂਦਾ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਦੋਸਤੋ, ਇਹ ਦੇਖੋ, ਮਾਸ਼ਾਅੱਲਾ ਚੰਗਾ ਹਵਾਨਾ ਇਹਨੇ ਪਿੱਛੇ ਵੀ ਕੱਢਿਆ ਅਤੇ ਟਾਈਮ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੁ ਟਾਈਮ ਹੋਇਆ ਅਤੇ ਸੁਬਾਹ ਦੀ ਚੋਈ ਹੋਈ ਮਾਝੇ। ਮਾਸ਼ਾਅੱਲਾ ਫਿਰ ਵੀ ਥੱਬੇ ਦਾ ਵਾਨਾ, ਮਾਸ਼ਾਅੱਲਾ ਚੰਗਾ ਪਿੱਛੇ ਵਾਨਾ ਇਹਨੇ ਕੱਢਿਆ ਅਤੇ ਮੁੱਠ ਦਾ ਥਣ ਬੜਾ ਪਿਆਰਾ ਅਤੇ ਬੜੀਆਂ ਸੋਹਣੀਆਂ ਵਿਰਲਾਂ 'ਤੇ ਬੜੀ ਪਿਆਰੀ ਝੋਟੀ ਹੈ। ਬਾਕੀ ਚੰਗਾ ਵੱਡਾ ਕੱਦ ਦੇ, ਛੋਟੇ ਕੱਦ ਦੇ ਵੀ ਨਹੀਂ, ਚੰਗਾ ਵੱਡਾ ਕੱਦ ਦੇ। ਇੱਕ ਤਾਂ ਹੁੰਦਾ ਬੰਦਾ ਕਹਿੰਦਾ ਦਰਮਿਆਨੇ ਕੱਦ ਦੇ, ਚੰਗਾ ਵੱਡਾ ਕੱਦ ਦੇ ਇਸਦਾ, ਬਿਲਕੁਲ ਸਾਫ਼ ਸੁਥਰੀ, ਬਾਹੀਆਂ ਬਰਾਬਰ, ਮੁੱਠ ਮੁੱਠ ਦਾ ਥਣ, ਮਾਸ਼ਾਅੱਲਾ ਬੜਾ ਪਿਆਰਾ, ਪਿਛਲੇ ਦੋਨੋਂ ਖੋਰੇ ਇਸਦੇ ਸਫੈਦ ਨੇ। ਇਹ ਜਨਾਬ ਦੇਖੋ ਹਵਾਨਾ, ਮਾਸ਼ਾਅੱਲਾ ਅੱਗੇ ਵੀ ਚੰਗਾ ਲਈ ਖੜੀ ਹੈ ਅਤੇ ਪੂਰੀਆਂ ਵਿਰਲਾਂ ਦਾ ਥਣ, ਮੁੱਠ ਮੁੱਠ ਦਾ, ਮਾਸ਼ਾਅੱਲਾ ਬੜਾ ਪਿਆਰਾ। ਅਤੇ ਮਾਸ਼ਾਅੱਲਾ ਜਨਾਬ ਦੇਖੋ, ਚੰਗੀਆਂ ਵਿਰਲਾਂ, ਸੋਹਣੀ ਸੁਥਰੀ, ਛੋਟੀ ਵੱਖੀ ਦੀ, ਪੂਰੇ ਜਿਸਮ ਦੇ ਅੰਦਰ ਪਸ਼ਮ ਹੈ ਅਤੇ ਚਿੱਟੀ ਸਫੈਦ ਅੱਖ ਅਤੇ ਬਿਲਕੁਲ ਛੋਟੀ ਸਿੰਘੀ ਹੈ। ਇਹ ਜਨਾਬ ਦੇਖੋ, ਚਾਰ ਉਂਗਲਾਂ ਰੱਖਣ ਨਾਲ ਜਨਾਬ ਇਹਦੀ ਸਿੰਘੀ ਲੁਕ ਜਾਂਦੀ, ਬਿਲਕੁਲ ਛੋਟੇ ਛੋਟੇ ਸਿੰਘ ਨੇ। ਚਿੱਟੀ ਸਫੈਦ ਅੱਖ ਦੀ ਜਨਾਬ ਜਿਵੇਂ ਬਲਬ ਮੱਚਦਾ, ਮੱਥੇ ਵਿੱਚ ਜਨਾਬ ਥੋੜ੍ਹਾ ਜਿਹਾ ਸਫੈਦ ਇਸਦਾ। ਚੰਗਾ ਵੱਡਾ ਕੱਦ ਹੈ, ਧੁੰਨੀ ਕੌੜੀ ਤੋਂ ਬਿਲਕੁਲ ਪਾ ਕੇ ਜਨਾਬ, ਬਾਕੀ ਹਰ ਇੱਕ ਚੀਜ਼ ਮੇਰੇ ਕੈਮਰੇ ਦੀ ਨਜ਼ਰ ਤੁਹਾਨੂੰ ਤਸੱਲੀ ਬਖਸ਼ ਦਿਖਾਈ ਜਾਏਗੀ। ਅੱਛਾ, ਅਤੇ ਪਿਛਲੇ ਦੋਨੋਂ ਖੋਰੋ ਜਿਹੜੇ ਨੇ ਉਹ ਵੀ ਵਿਖਾਉਣੇ ਨੇ ਕਿ ਸਫੈਦ ਨੇ। ਇਹ ਬਾਸ਼ੋ, ਮਾਸ਼ਾਅੱਲਾ ਦੇਖੋ, ਇੱਥੇ ਆ ਜਨਾਬ ਦੇਖੋ, ਮਾਸ਼ਾਅੱਲਾ ਪੂਰੀਆਂ ਵਿਰਲਾਂ 'ਤੇ ਥਣ ਨੇ, ਹਵਾਨਾ ਮਾਸ਼ਾਅੱਲਾ ਬਿਲਕੁਲ ਬਰਾਬਰ ਹੈ। ਬਾਕੀ ਹਰ ਇੱਕ ਚੀਜ਼ ਦੀ ਮੇਰੇ ਕੈਮਰੇ ਦੀ ਨਜ਼ਰ ਤੁਹਾਨੂੰ ਤਸੱਲੀ ਕਰਵਾ ਰਿਹਾ, ਇਹ ਟੁਰਦੀ ਫਿਰਦੀ ਬਿਲਕੁਲ ਠੀਕ ਠਾਕ ਹੈ, ਕੋਈ ਟੁਰਨ ਦਾ ਫਿਰ ਡਿਫੈਕਟ ਨਹੀਂ ਹੈਗਾ ਇਹਦੇ, ਬਿਲਕੁਲ ਸਾਫ਼ ਸੁਥਰੀ ਅਤੇ ਲੰਮੀ ਧੋਣ, ਇੱਕ ਅੱਡੀ ਦੀ ਮਾਝੇ। ਇਸਦਾ ਮੁਕੰਮਲ ਕੱਦ ਵੀ ਜਨਾਬ ਕੈਮਰਾਮੈਨ ਸਾਹਿਬ ਦਿਖਾਓ। ਇਹ ਦੋਸਤੋ ਦੇਖੋ, ਇੱਕ ਅੱਡੀ ਦੀ ਹੈ, ਸੋਹਣਾ ਖੁੱਡਾ ਹੈ। ਇਹ ਜਨਾਬ ਦੇਖੋ, ਮਾਸ਼ਾਅੱਲਾ ਪੂਰੇ ਜਿਸਮ 'ਤੇ ਇਹਦੇ ਚੰਗੀ ਵੱਡੀ ਵੱਡੀ ਪਸ਼ਮ ਹੈ ਅਤੇ ਇਹਦਾ ਬੱਚਾ ਜਿਹਦੇ ਕੋਲ ਆਈ ਹੋਈ, ਮਾਸ਼ਾਅੱਲਾ ਬੱਚਾ ਵੀ ਮਾਂ ਰੰਗਾ, ਇਹਦਾ ਇੱਕ ਖੋਰ ਪਿਛਲਾ ਸਫੈਦ ਹੈ, ਮੱਥਾ ਸਫੈਦ ਹੈ, ਅੱਖਾਂ ਵੀ ਸਫੈਦ ਨੇ। ਅਤੇ ਬਾਕੀ ਮਾਲਕ ਕੋਲੋਂ ਪੁੱਛ ਲਾਂਗੇ ਇਹਦਾ ਕੀ ਸੂਰਤ ਹਾਲ ਹੈ। ਇਹ ਨਾੜਵਾ ਇਹਦਾ ਨਾਲ ਖੜਾ ਹੈ, ਨਾੜਵਾ ਦਿਖਾ ਦੇਣੇ ਇਹਦੇ ਘਰ। ਇਹ ਜਨਾਬ ਦੇਖੋ ਦੋਸਤੋ, ਨਾੜਵਾ ਇਹਦਾ ਨਾਲ ਹੈ। ਬਾਕੀ ਹਰ ਇੱਕ ਚੀਜ਼ ਦੀ ਮਾਲਕਾਂ ਕੋਲ ਦੀ ਲਵਾਂਗੇ ਆਪਾਂ ਗਰੰਟੀ। ਇਹਦੇ ਵਾਨੇ ਦੇ ਵਿੱਚ ਜਨਾਬ ਕੋਈ ਚਿੱਟਾ ਚਿੱਟਾ ਦਾਗ ਹੈਗਾ, ਉਹ ਵਹਾ ਦੇ ਯਾਰ ਜੀ, ਕੋਈ ਹੈ ਤਾਂ ਨਿਸ਼ਾਨੀ ਫਿਰ ਪੱਕੀ ਹੋ ਜਾਂਦੀ। ਅਗਲੇ ਪਾਸੇ ਐਵੇਂ ਨਾ ਹੈਗਾ ਇੱਕ ਮਾੜਾ ਜਿਹਾ। ਇਹ ਦੋਸਤੋ ਦੇਖੋ, ਇੱਕ ਪਾਸੇ ਮਾੜਾ ਜਿਹਾ ਹਵਾਨਾ ਸਫੈਦ ਹੈ, ਬੇਮਲੂਮਾ ਜਿਹਾ। ਬਾਕੀ ਹਰ ਇੱਕ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ ਅਤੇ ਜਨਾਬ ਮਾਲਕ ਨੂੰ ਬੁਲਾ ਲੈਂਦੇ ਹਾਂ। ਆ ਜਾ ਜਨਾਬ ਇੱਥੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜਨਾਬ। ਭਾਈ ਵਕੀਲ ਕੀ ਹਾਲ ਹੈ? ਠੀਕ ਠਾਕ ਹੋ? ਖੈਰ ਹੋ? ਸ਼ੁਕਰ ਅੱਲਾ ਦਾ। ਅੱਛਾ ਭਾਈ ਵਕੀਲ, ਪਹਿਲੇ ਤਾਂ ਇਹ ਦੱਸੋ ਕਿ ਕਿੰਨਵਾਂ ਸੂਬਾ ਸੀ? ਪਹਿਲਾਂ ਸੂਈ ਭਾਜੀ, ਪਹਿਲਾਂ ਸੂਬਾ ਬਿਲਕੁਲ। ਕਿੰਨੇ ਦਿਨ ਹੋ ਗਿਆ ਸੂਈ? ਜੈਨੂਇਨ ਤੀਸਰਾ ਦਿਨ ਹੈ ਸੂਈ। ਅੱਜ ਤੀਸਰਾ ਦਿਨ? ਕੱਟਾ ਨਹੀਂ ਤੈਨੂੰ ਦੱਸਦਾ? ਉਹ ਤਾਂ ਦੱਸੀ ਜਾਂਦਾ ਕਿ ਨਾੜਵਾ ਨਾਲ ਹੈ, ਬਰਲ ਫਿਰ ਵੀ ਅਸੀਂ ਤੁਹਾਡੇ ਕੋਲ ਤਸੱਲੀ ਕਰਨੀ। ਅੱਛਾ ਇਹ ਦੱਸ ਦੇ, ਕਿਤੇ ਥਣਾਂ ਦੇ ਵਿੱਚ ਕੋਈ ਗਿਲਟੀ, ਕੋਈ ਫੁਵਾਰਾ? ਕੁਛ ਹੁਣ ਤਾਂ ਚੋਲ ਐਣੀ ਸੂਈ ਖੜੋਤੀ ਹੈ। ਆਹ ਤਾਂ ਗੱਲ ਠੀਕ ਨਹੀਂ, ਫਿਰ ਵੀ ਅਸੀਂ ਸ਼ਾਮ ਨੂੰ ਚੋਵਾਂਗੇ, ਤਸੱਲੀ ਕਰਾਵਾਂਗੇ। ਤੇ ਜਨਾਬੇ ਵਾਲਾ ਜਿਹੜਾ ਨਾ, ਤੇਰੇ ਕੋਲ ਮੋਬਾਈਲ ਹੈਗਾ? ਝੋਟੀ ਹੋਣੀ ਆਈ ਹੈ ਤੇ ਤੈਨੂੰ ਫੌਰਨ ਫੋਨ ਕੀਤਾ, ਆ ਜਾ ਭਾਈ ਇਵੇਂ। ਠੀਕ ਹੋ ਗਿਆ ਬਿਲਕੁਲ। ਚੋਈ ਵੀ ਸੁਬਾਹ 7 ਵਜੇ ਦੀ ਹੋ। ਅੱਛਾ, ਨਹੀਂ ਤੁਹਾਡੇ ਕੋਲ ਟਾਈਮ ਟੂਮ ਲੈ ਕੇ ਖੜੋਤਾ ਨਹੀਂ ਜਾਂਦਾ? ਪੱਕਾ ਦੁੱਧ ਕਿੰਨਾ? ਪੱਕਾ ਦੁੱਧ ਹੁਣ 9 ਤੋਂ 10 ਕਿਲੋ ਹੈ, ਤੀਸਰਾ ਡੰਗ ਸੂਈ ਨੂੰ। 9 ਤੋਂ 10 ਕਿਲੋ ਪੱਕਾ ਦੁੱਧ? ਪੱਕਾ ਦੋ ਟਾਈਮ, ਦੋ ਟਾਈਮ ਜਿਹੜਾ ਹੈਗਾ। ਠੀਕ ਹੋ ਗਿਆ। ਅੱਛਾ ਟਾਈਮ ਕਿੰਨਾ ਕੁ ਹੋਇਆ? ਟਾਈਮ ਵਹਾ, ਕਿਉਂਕਿ ਫਿਰ ਟਾਈਮ ਤਾਂ ਹੋ ਗਿਆ 12 ਵਜ ਗਏ ਨੇ। 12 ਵਜ ਗਏ ਨੇ ਦੋਸਤੋ, ਪੂਰੇ 12 ਦਾ ਟਾਈਮ ਹੈ ਅਤੇ ਸੁਬਾਹ 7 ਵਜੇ ਮਾਲਕ ਕਹਿੰਦੇ ਨੇ ਕਿ ਚੋਈ ਹੈ, 9 ਤੋਂ 10 ਕਿਲੋ ਦੁੱਧ ਦੇ ਦੇ ਥੱਲੇ। ਬਿਲਕੁਲ, ਉਹ ਤਾਂ ਗੱਲ ਠੀਕ ਹੈ। ਅਤੇ ਇਹਦੀ ਮੁਨਾਸਬ ਜਿਹੜੀ ਕੀਮਤ ਨਾ, ਬਿਲਕੁਲ ਜਾਇਜ਼ ਮੁਨਾਸਬ, ਮੁਨਾਸਬ ਕੋਈ 3 ਲੱਖ 20 ਹਜ਼ਾਰ ਰੁਪਈਆ ਨਾ। 3 ਲੱਖ 20 ਹਜ਼ਾਰ? ਹਾਂਜੀ। ਕੋਈ ਪਿਆਰ ਮੁਹੱਬਤ ਕਰ ਲਾਂਗੇ ਹੁਣੇ? ਨਹੀਂ ਛੱਡਦਾ ਥੋੜੇ? ਨਹੀਂ ਯਾਰ, ਹੁਣ ਨਹੀਂ ਯਾਰ, ਇਹ ਗੱਲਾਂ ਨਾ ਕਰਿਆ ਕਰ। ਨਹੀਂ ਕੋ ਥੋੜਾ ਗਾਣਾ ਪਿਆਰ ਹੋਣਾ ਹੀ ਕਰ ਲਾਂਗੇ ਭਾਜੀ, ਕਰ ਲਾਂਗੇ। ਹੋਰ ਦੱਸੋ ਦੋਸਤੋ, 3 ਲੱਖ 20 ਹਜ਼ਾਰ ਰੁਪਈਆ ਕੀਮਤ ਹੈ ਪਹਿਲਾ ਸੂਬਾ ਸੂਈ ਹੈ, ਤਕਰੀਬਨ ਅੱਜ ਤੀਸਰਾ ਦਿਨ ਸੂਈ ਨੂੰ। ਬਿਲਕੁਲ। ਅਤੇ ਜਨਾਬ 9 ਤੋਂ 10 ਕਿਲੋ ਦੁੱਧ ਦੇ ਹਾਜ਼ਰ ਟਾਈਮ ਇਹਦੇ ਥੱਲੇ। ਬਾਕੀ ਮਾਲਕਾਂ, ਅਗਲੇ ਬੰਦੇ ਦਾ ਮੁਕੱਦਰ ਨੇ ਕਿ ਇਹ ਕਿੰਨਾ ਕਰ ਜਾਏਗੀ ਕਿੰਨਾ ਨਹੀਂ। ਬਾਕੀ ਇਸਦਾ ਮਾਸ਼ਾਅੱਲਾ ਚੰਗਾ ਵੱਡਾ ਕੱਦ ਹੈ, ਛੋਟੇ ਕੱਦ ਹੀ ਨਹੀਂ ਦੀ, ਬੜੀ ਸ਼ਕੀਨਣ ਝੋਟੀ ਜਨਾਬ, ਫੁੱਲ ਸ਼ਕੀਨ, ਚਿੱਟੀ ਸਫੈਦ ਅੱਖ ਬਲਬ ਤਰ੍ਹਾਂ ਮੱਚਦੀ, ਮਾਸ਼ਾਅੱਲਾ ਬੜੀ ਪਿਆਰੀ ਅਤੇ ਨਸਲ ਜ਼ਾਤ ਵਾਲੀ ਝੋਟੀ ਹੈ। ਨਹੀਂ ਨਹੀਂ ਐਵੇਂ ਖੜੀ ਨਾ, ਖੜੀ ਨਾ, ਖੜੀ 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 ਮਾਸ਼ਾਅੱਲਾ ਤਸੀਲ। ਅੱਛਾ ਇਹ ਥਣਾ ਥੁਣਾ ਨੂੰ ਹੱਥ ਲਵਾ ਲਿਆ ਕਿ ਨਹੀਂ? ਇਹ ਦੋਸਤੋ ਦੇਖੋ, ਮਾਸ਼ਾਅੱਲਾ ਇੰਨੀ ਕੁ ਅਸੀਲ ਹੈ ਕਿ ਮਾਲਕ ਹੁਣੇ ਹੀ ਜਨਾਬ ਥਣਾ ਨੂੰ ਹੱਥ ਲਾ ਰਿਹਾ, ਪਹਿਲਾਂ ਹੋ ਕੇ। ਮਾਸ਼ਾਅੱਲਾ ਬੜੀ ਅਸੀਲ ਸਾਹੂ ਹੈ, ਕੱਦ ਇਸਦਾ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ, ਮਾਸ਼ਾਅੱਲਾ ਚੰਗਾ ਵੱਡਾ ਕੱਦ ਹੈ, ਚੰਗੀ ਪਸ਼ਮ ਹੈ, ਬਿਲਕੁਲ ਛੋਟੀ ਛੋਟੀ ਸਿੰਗੀ, ਚਿੱਟੀ ਸਫੈਦ ਅੱਖ, ਲੰਮੀ ਧੋਣ ਹੈ, ਪੂਰੇ ਜਿਸਮ 'ਤੇ ਇਸਦੀ ਪਸ਼ਮ ਹੈ। ਅੱਛਾ ਇਹ ਵਕੀਲ ਭਾਈ, ਇਹਦੀ ਨਸਲ ਕੀ ਹੈ?
अच्छा ये तो गल ठीक है, दरिया तो आई नीली दरिया तो आई नीली दरिया तो आई ठीक हो गया दोस्तों। नीली दरिया तो मालकां ने मज लैंदी है, व्यापारी हैगे ने ते 9 to 10 किलो दुद्ध पक्का है। छोटा सिर माशाल्लाह बड़ी प्यारी है, मगर इसके कट्ट है 3,20,000 रुपया कीमत है। अगर किसी मेरे दोस्त को पसंद आती साढ़े नाल राबता कर सकता है 0307-6563-651 साडा वट्सएप नंबर भी है, ईमो नंबर भी है। उम्मीद करांगे कि अज्ज वाली वीडियो तुहानू पसंद आएगी। मिलने अगली वीडियो च, खुदा हाफिज़।